ਪੰਜਾਬ ਸਰਕਾਰ ਦੇ ਵੱਲੋਂ ਤਿਉਹਾਰਾਂ ਦੇ ਮੱਦੇਨਜ਼ਰ ਪੂਰੇ ਪੰਜਾਬ ਵਿੱਚ ਹਾਈ ਅਲਰਟ ਜਾਰੀ ਕੀਤਾ ਹੋਇਆ ਹੈ। ਇਸ ਦੇ ਚਲਦਿਆਂ ਹੀ ਬਠਿੰਡਾ ਦੀ GRP ਪੁਲਿਸ ਨੇ ਰੇਲਵੇ ਸਟੇਸ਼ਨ ਤੇ ਤਲਾਸ਼ੀ ਕੀਤੀ। ਇਸ ਚੈਕਿੰਗ ਦੌਰਾਨ ਪੁਲਿਸ ਨੂੰ ਇੱਕ ਆਦਮੀ ਤੇ ਸ਼ੱਕ ਗਿਆ ਅਤੇ ਉਸ ਦੀ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਉਸ ਵਿਅਕਤੀ ਦੇ ਬੈਗ ਵਿੱਚੋਂ ਭਾਰਤੀ ਫੌਜ ਦੀ ਵਰਦੀ ਮਿਲੀ। ਜਦੋਂ ਪੁਲਿਸ ਨੇ ਇਸ ਵਿਅਕਤੀ ਤੋਂ ਪੁੱਛੀ ਕੀਤੀ ਤਾਂ ਸ਼ੱਕੀ ਵਿਅਕਤੀ ਵਾਰ ਵਾਰ ਆਪਣੇ ਬਿਆਨ ਬਦਲ ਰਿਹਾ ਸੀ, ਜਿਸ ਕਾਰਨ ਪੁਲਿਸ ਨੇ ਇਸ ਵਿਅਕਤੀ ਨੂੰ ਪੁੱਛਤਾਛ ਕਰਨ ਲਈ GRP ਥਾਣੇ ਵਿੱਚ ਲੈ ਗਈ। ਪੁਲਿਸ ਦਾ ਕਹਿਣਾ ਹੈ ਕਿ ਇਸ ਵਿਅਕਤੀ ਕੋਲੋਂ ਇਹ ਵਰਦੀ ਕਿੱਥੋਂ ਆਈ ਅਤੇ ਇਹ ਰੇਲਵੇ ਸਟੇਸ਼ਨ ਤੇ ਬੈਠਾ ਕੀ ਕਰ ਰਿਹਾ ਸੀ, ਇਸ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕੀਤੀ ਜਾਵੇਗੀ। ਇਹ ਆਪਣੇ ਆਪਣੇ ਸਾਡੇ ਬਲਾਧਰ ਅਫਸਰਾਂ ਦੇ ਹੁਕਮਾਂ ਅਨੁਸਾਰ ਦੀਵਾਲੀ ਦਾ ਤਿਉਹਾਰ ਮੱਦੇਨਜ਼ਰ ਰੱਖਦੇ ਹੋਏ ਜ਼ਿਲ੍ਹਾ ਪੁਲਿਸ ਅਤੇ NTC ਪੁਲਿਸ ਜ਼ਿਲ੍ਹੇ ਦੀਆਂ ਦੋ ਟੀਮਾਂ ਆਈਆਂ ਹੋਈਆਂ ਅਤੇ GRP ਦੀ NTC ਪੁਲਿਸ ਚੈਕਿੰਗ ਚੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੇ ਆ। ਜੇ ਕੋਈ ਚੱਕੀ ਸਮਾਨ ਮਿਲਦਾ ਤਾਂ ਉਹਦੇ ਬਾਰੇ ਕੋਈ ਕਲਾ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਇੱਕ ਆਦਮੀ ਜੋ ਉਸ ਆਰਮੀ ਕੀ ਵਰਦੀ ਉਸ ਬੈਗ ਮੇਂ ਮਿਲੀ ਹੈ, ਉਹ ਆਰਮੀ ਮੇਂ ਨਹੀਂ ਹੈ ਔਰ ਉਸ ਪੁੱਛਤਾਛ ਕਰਨ ਕੇ ਲਈ GRP ਥਾਣੇ ਉਸ ਕੋ ਲਿਜਾਇਆ ਜਾ ਰਿਹਾ। ਇਹ ਆਪਦੇ ਬਾਰੇ ਅਜੇ ਪੱਕਾ ਕੋਈ ਐਡਰੈਸ ਨਹੀਂ ਦੱਸਦਾ, ਜੋ ਬੰਦਾ ਵੜਿਆ ਇਹ ਆਪਦੇ ਬਾਰੇ ਕੁਛ ਸਹੀ ਐਡਰੈਸ ਨਹੀਂ ਦੱਸਦਾ। ਕਹਿੰਦੇ ਜੋ ਵਰਦੀ ਹੈ ਮੇਰੇ ਮਾਮੇ ਕੇ ਲੜਕੇ ਕੀ ਹੈ, ਮੈਂ ਕਿਹਾ ਵੀ ਉਹਦੇ ਨਾਲ ਉਸਕੇ ਬਾਤ ਕਰਾ ਦੇ ਅਤੇ ਉਸਕੇ ਸਾਥ ਬਾਤ ਨਹੀਂ ਕਰਾ, ਕਹਿੰਦੇ ਮੈਂ ਉਸ ਕੋਲ ਫੋਨ ਨੰਬਰ ਨਹੀਂ ਹੈ। ਕਹਿੰਦੇ ਮੈਂ ਜੀ ਮੁਕਤਸਰ 'ਤੇ ਆਇਆ ਹਾਂ, ਆਪਦੇ ਜੀਜਾ ਕੇ ਪਾਸ ਹੋਊ, ਜੀਜਾ ਮੇਰਾ ਰੱਖਿਆ ਚਲਾਤਾ ਹੈ ਮੁਕਤਸਰ ਮੇਂ। ਵਰਦੀ ਆਰਮੀ ਦੀ ਵਰਦੀ ਹੈ, ਇਹਦੇ ਬੈਗ 'ਚ ਮੇਰੀ ਆਰਮੀ ਦੀ ਵਰਦੀ ਮਿਲੀ ਹੈ। ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ? ਇਹ ਤੋਂ GRP ਥਾਣੇ ਲਿਜਾ ਕੇ ਬਰੀਕੀ ਨਾਲ ਪੁੱਛੋ ਸੀ, ਕਿਹੜੇ ਜਿੱਥੋਂ ਆਪਣੇ ਮਾਮੇ ਲੜਕੇ ਤੋਂ ਵਰਦੀ ਲੈ ਕੇ ਆਇਆ ਉਹਦੇ ਬਾਰੇ, ਉਹਦੇ ਮਾਮੇ ਲੜਕੇ ਨਾਲ ਸੰਪਰਕ 'ਚ ਵੀ ਮੈਂ ਇਹਨੂੰ ਵਰਦੀ ਦਿੱਤੀ ਹੈ। ਸਾਰੇ ਬਲਾਧਰ ਅਫਸਰਾਂ ਵੱਲੋਂ ਜੋ ਅੱਤਵਾਦੀਆਂ ਉਹਨਾਂ ਧਮਕੀਆਂ ਮਿਲੀਆਂ ਉਹਦੇ ਸਾਨੂੰ ਚੈੱਕ ਕਰਨ ਦੇ ਹੁਕਮ ਆਏ ਆ ਅਤੇ ਉਹ ਜ਼ਿਲ੍ਹੇ ਦੀਆਂ ਦੋ NTC ਫੁਟੇਜ ਆਈਆਂ, ਪੰਜਾਬ ਪੁਲਿਸ ਦੇ ਮੁਲਾਜ਼ਮ ਆਏ ਆ ਉਹਨਾਂ ਨਾਲ ਰਲ ਮਿਲ ਕੇ ਚੈਕਿੰਗ ਕੀਤੀ ਜਾ ਰਹੀ, NTC ਫੁਟੇਜ ਚੈਕਿੰਗ ਕੀਤੀ ਜਾ ਰਹੀ ਹੈ। ਹਾਂ, ਇਹ ਜਿਹੜਾ ਰੇਲਵੇ ਸਟੇਸ਼ਨ ਡੰਡਾ ਹੈ, ਬਹੁਤ ਵੱਡਾ ਜੰਕਸ਼ਨ ਹੈ, ਇੱਥੇ ਬਹੁਤ ਗੱਡੀਆਂ ਆਉਂਦੀਆਂ ਜਾਂਦੀਆਂ, ਬਹੁਤ ਰਸ਼ ਰਹਿੰਦਾ ਹੈ ਅਤੇ ਇਹਦੇ ਸੰਬੰਧ ਵਿੱਚ ਬਹੁਤ ਸਖਤੀ ਨਾਲ ਬਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ।